ਬਾਬਾ ਬਲਵਿੰਦਰ ਸਿੰਘ, ਕਾਰਸੇ ਬਾਬਾ ਲਿਆ ਹਜ਼ੂਰ ਸਾਹਿਬ, ਜਿਹੜੇ ਸੱਜਣ ਗਏ ਹੋਏ ਦਰਸ਼ਨ ਕੀਤੇ ਹੋਣੇ ਨੇ। ਉਹ ਇੱਕ ਸ਼ਬਦ ਕਹਿੰਦੇ ਆ, ਜਦੋਂ ਵੀ ਦਾਸ ਜਾਂਦਾ, ਉਹ ਜਦੋਂ ਉੱਥੇ ਸਮਾਗਮ ਸਲਾਨਾ ਹੁੰਦਾ, ਉਹ ਬੋਲਦੇ ਆ, ਉਹ ਕੋਈ ਲੈਕਚਰ ਨਹੀਂ ਕਰਦੇ। ਮੈਂ ਜਿੰਨੀ ਵਾਰੀ ਸੁਣਿਆ ਇੱਕੋ ਸ਼ਬਦ ਕਹਿੰਦੇ ਆ, ਸਾਧ ਸੰਗਤ ਜੀ ਤੁਸੀਂ ਆਇਓ, ਅਰਦਾਸ ਕਰਕੇ ਜਾਇਓ, ਸਾਡੀ ਬੁੱਧੀ ਨਾ ਭ੍ਰਿਸ਼ਟ ਹੋ ਜਾਏ, ਸਾਡੀ ਮੱਤ ਨਾ ਮਾਰੀ ਜਾਏ। ਇਸੇ ਕਰਕੇ ਸਿੱਖ ਰੋਜ਼ ਤਰਲੇ ਲੈਂਦਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਉਹਨੇ ਪ੍ਰੀਖਤ ਦੇ ਉੱਤੇ ਅਸਰ ਚਾ ਕੀਤਾ। ਰਾਜਾ ਪ੍ਰੀਖਤ, ਮੈਂ ਗੱਲ ਜ਼ਿਆਦਾ ਲਮਕਾਵਾਂ ਨਾ, ਉਹ ਸ਼ਿਕਾਰ ਖੇਡਦਾ ਖੇਡਦਾ ਨਿਕਲ ਗਿਆ, ਉਹਨੂੰ ਪਿਆਸ ਲੱਗੀ। ਉਹ ਪਿਆਸ ਲੱਗੀ, ਕਈਆਂ ਨੇ ਵਿਡੰਬ ਰਿਸ਼ੀ ਦੱਸਿਆ, ਪਰ ਅਸਲ 'ਚ ਉਹਦਾ ਨਾਮ ਸੀ ਸ਼ਮੀਕ। ਉਹ ਸ਼ਮੀਕ ਰਿਸ਼ੀ ਦੇ ਡੇਰੇ 'ਚ ਆ ਗਿਆ। ਰਿਸ਼ੀ ਸਮਾਧੀ 'ਚ ਬੈਠਾ ਸੀ, ਇਹਨੇ ਪਾਣੀ ਮੰਗਿਆ, ਆਪਣੇ ਸ਼ਿਕਾਰ ਬਾਰੇ ਪੁੱਛਿਆ, ਰਿਸ਼ੀ ਬੋਲਿਆ ਨਹੀਂ। ਦੋ ਵਾਰੀ ਤਿੰਨ ਵਾਰੀ ਰਾਜੇ ਨੂੰ ਗੁੱਸਾ ਆਇਆ, ਉਹਨੇ ਕਹਿ ਦੀ ਕਿ ਮਜਾਲ, ਦੇਖੋ ਮੈਂ ਰਾਜਾ ਹਾਂ। ਉਹਨੇ ਗੁੱਸੇ 'ਚ ਆਏ ਨੇ ਕੀ ਕੀਤਾ, ਮਰਿਆ ਹੋਇਆ ਸੱਪ ਪਿਆ ਸੀ, ਉਹਨੂੰ ਚੁੱਕ ਕੇ ਕਮਾਨ ਦੀ ਲਾ ਕੇ ਇੱਕ ਸਿਰਾ ਉਹ ਰਿਸ਼ੀ ਦੇ ਗਲੇ 'ਚ ਪਾ ਦਿੱਤਾ। ਜਦੋਂ ਗਲ 'ਚ ਪਾਇਆ, ਆਪ ਤੁਰ ਗਿਆ, ਗੁੱਸਾ ਆ ਗਿਆ ਨਾ, ਬੰਦਾ ਬੜਾ ਧਰਮੀ ਸੀ। ਮੈਂ ਫਿਰ ਬੇਨਤੀ ਕਰਾਂ, ਕ੍ਰੋਧ ਦਾ ਕੋਈ ਪਤਾ ਨਹੀਂ ਕੀ ਕਰਾ ਦੇ। ਉਸ ਰਿਸ਼ੀ ਦਾ ਪੁੱਤਰ ਗਿਆ ਸੀ ਬਾਹਰ, ਉਹਦਾ ਨਾਂ ਸੀ ਸ਼ਰਿੰਗੀ, ਜਿਹਨੂੰ ਪੰਜਾਬੀ ਸ਼ਰਿੰਗੀ ਰਿਸ਼ੀ ਕਹਿੰਦੇ। ਉਹਨੇ ਵੇਖਿਆ ਮੇਰੇ ਪਿਓ ਦੇ ਗਲ ਦੇ ਵਿੱਚ ਇਹ ਸੱਪ ਕੌਣ ਪਾ ਗਿਆ, ਪਤਾ ਲੱਗਾ ਵੀ ਇਹ ਪ੍ਰੀਖਸ਼ਤ ਪਾ ਕੇ ਆ ਰਿਹਾ। ਉਹਨੇ ਸਿਰੇ ਸ਼ਰਾਬ ਦਿੱਤਾ, ਮੇਰੇ ਪਿਓ ਦੇ ਗਲ 'ਚ ਪਾਇਆ ਸੱਪ, ਤੇ ਜਿੱਥੇ ਰੱਖੀ ਤੇਰੀ ਮੌਤ ਵੀ ਸੱਪ ਦੇ ਡੰਗਰ ਨਾਲ ਹੋਵੇ। ਤਸ਼ਕਨਾ ਕਹਿੰਦੇ ਨੇ, ਕਈ ਤਰਸ ਕਹਿੰਦੇ ਸਨ, ਤੇਰੀ ਮੌਤ ਇਸ ਤਰ੍ਹਾਂ ਹੋਣੀ। ਹੁਣ ਸੱਚੀ ਮੁੱਚੀ ਉਹ ਜਦੋਂ ਸ਼ਮੀਕ ਰਿਸ਼ੀ ਉੱਠਿਆ, ਉਹਨੇ ਪਤਾ ਲੱਗਾ ਪੁੱਤਰ ਨੇ ਕਿਹਾ, ਪੁੱਤਰ ਨੂੰ ਕਹਿੰਦਾ ਤੂੰ ਵਿਵੇਕ ਤੋਂ ਕੰਮ ਨਹੀਂ ਲਿਆ, ਮੈਂ ਸਮਾਧੀ ਸਾਂ, ਚਲੋ ਜੋ ਉਹਨੇ ਗਲ 'ਚ ਪਾ ਦਿੱਤਾ ਤਾਂ ਕੀ ਸੀ, ਪਰ ਉਹਨੇ ਨਾਲ ਫਿਰ ਕਿਹਾ ਹੁਣ ਟਲ ਨਹੀਂ ਸਕਦਾ। ਫਿਰ ਜੀ ਉਹਨਾਂ ਕਿਹਾ, ਰਾਜੇ ਨੂੰ ਜਾ ਕੇ ਦੱਸ ਦਿਓ 7 ਦਿਨਾਂ ਬਾਅਦ ਤੇਰੀ ਮੌਤ ਹੋ ਜਾਣੀ ਹੈ। ਉਹਨੇ ਕਿਹਾ 7 ਦਿਨਾਂ 'ਚ ਮਰ ਜਾਣਾ, ਯਾਦ ਰੱਖਿਓ ਇਹ ਘਟਨਾਵਾਂ ਮੈਂ ਥੋੜ੍ਹਾ ਇਸ਼ਾਰਾ ਕਰਨ ਲੱਗਾਵਾਂ, 7 ਦਿਨਾਂ ਬਾਅਦ ਤੂੰ ਮਰ ਜਾਣਾ। ਉਦੋਂ ਖਬਰ ਚਲੀ ਗਈ। ਰਾਜੇ ਨੇ ਕੀ ਕੀਤਾ, ਪ੍ਰੀਖਿਤ ਨੇ ਕੀ ਕੀਤਾ, ਉਹਨੇ ਕਿਹਾ ਠੀਕ ਹੈ ਮੈਂ ਗਲਤੀ ਕੀਤੀ ਹੈ, ਸਜ਼ਾ ਮੈਨੂੰ ਮਿਲਣੀ ਹੈ। ਉਹਨੇ 7 ਦਿਨ ਪਹਿਲਾਂ ਹੀ ਆਪਣੇ ਪੁੱਤਰ ਜਨਮੇਜੇ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ। ਇਹਦਾ ਜ਼ਿਕਰ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਹਾਂਜੀ, ਰੋਵੇ ਰਾਮ ਨਿਕਾਲਾ ਵਾਲੇ ਸਲੋਕ ਦੇ ਵਿੱਚ। ਹੁਣ ਉੱਥੇ ਪੁੱਤਰ ਨੂੰ ਬਿਠਾ ਦਿੱਤਾ, ਉਸ ਤੋਂ ਬਾਅਦ ਉਹਨੇ ਭਾਗਵਤ ਪੁਰਾਣ ਦੀ ਕਥਾ ਸ਼ੁਰੂ ਕਰਾ ਦਿੱਤੀ। ਅੱਜ ਵੀ ਹਿੰਦੂਆਂ ਦੇ ਵਿੱਚ ਭਾਗਵਤ ਪੁਰਾਣ ਦੀ ਕਥਾ ਜਿਹੜੀ ਹੈ ਉਹ 7 ਦਿਨਾਂ ਵਿੱਚ ਭੋਗ ਪਾਇਆ ਜਾਂਦਾ ਉਹਦਾ। ਕਹਿੰਦੇ ਵੀ ਇਹ 7 ਦਿਨ ਉਹਦੀ ਮੌਤ ਦੇ ਸਨ। ਉਹਨੇ ਕਿਹਾ ਵੀ ਮੈਂ ਕੀ ਕਰਾਂ, ਇੱਕੋ ਗੱਲ ਚਾਹੇ ਮਨਾ, ਤੂੰ ਭਗਤੀ ਪਰਮਾਤਮਾ ਦੀ ਇਬਾਦਤ ਕਰ, ਬੰਦਗੀ ਕਰ, ਤੇ ਪਰ ਇੱਕ ਕੰਮ ਹੋ ਸਕਦਾ ਹੈ, ਜੇ ਤੂੰ ਸੱਪ ਤੋਂ ਬਚਾ ਕਰ ਲੈ, ਕਿਉਂਕਿ ਉਹਨੇ ਸੱਪ ਡੰਗਰ ਨਾਲ ਕਿਹਾ ਤੂੰ ਸਮਾਂ ਟਾਲ ਜਾ। ਉਹਨੇ ਫਿਰ ਕਹਿੰਦੇ ਨੇ 7 ਮੰਜ਼ਲਾਂ ਉੱਚਾ ਥਾਂ ਬਣਾਇਆ, 4 ਚੁਫੇਰੇ ਪਾਣੀ ਸੀ, ਕਈ ਗੰਗਾ ਦਾ ਜ਼ਿਕਰ ਕਰਦੇ ਆ, ਨਾਲ ਕਥਾ ਸ਼ੁਰੂ ਹੋ ਗਈ, ਨਾਲ ਇਹਨੇ ਮਕਾਨ ਉੱਚਾ ਬਣਾ ਲਿਆ ਵੀ ਸੱਪ ਤਰਦਾ ਆਉਂਦਾ ਵੀ ਦਿਸੇ। ਉਹਨੇ ਜਦੋਂ ਇੰਨਾ ਪ੍ਰਬੰਧ ਕਰ ਲਿਆ, ਤੇ ਇੱਧਰ ਜਿਹੜਾ ਤਸ਼ਕ ਨਾਗ ਸੀ ਜਿਹਨੇ ਦੱਸਣਾ ਸੀ, ਉਹਦੇ ਮਨ 'ਚ ਆਇਆ ਵੀ ਹੁਣ ਮੇਰਾ ਕੀ ਬਣੇਗਾ, ਪਰ ਉਹ ਇੱਛਾਧਾਰੀ ਸੀ, ਉਹ ਬਦਲ ਜਾਂਦਾ ਸੀ। ਉਹਨੇ ਫਿਰ ਕੀ ਕੀਤਾ, ਰਾਜੇ ਦੇ ਕੋਲ ਕੋਈ ਸਾਧੂ ਫੁੱਲ ਲੈ ਕੇ ਗਿਆ, ਕੋਈ ਬ੍ਰਾਹਮਣ ਕਹਿੰਦੇ ਆ, ਫਿਰ ਉਹ ਨਾਗ, ਉਹਦੇ ਵਿੱਚ ਕਈਆਂ ਨੇ ਫਲ ਦਾ ਜ਼ਿਕਰ ਕੀਤਾ, ਉਹ ਨਾਗ ਕੀੜਾ ਬਣ ਕੇ, ਛੋਟਾ ਜਿਹਾ ਕੀੜਾ ਬਣ ਕੇ ਉਹ ਫਲ 'ਚ ਧੱਸ ਗਿਆ, ਕਈ ਸੱਜਣ ਕਹਿੰਦੇ ਫੁੱਲ 'ਚ। ਹੁਣ ਜਦੋਂ ਇਹ ਗਿਆ, ਰਾਜੇ ਨੂੰ ਪਤਾ ਵੀ ਦਿਨ ਵੀ 7ਵਾਂ ਤੇ ਨਾਗ ਤੇ ਨੇੜੇ ਆਏ ਨੇ, ਉਹਨੇ ਉਸ ਫੁੱਲ ਨੂੰ ਲਿਆ, ਜਦੋਂ ਫੁੱਲ ਸੁੰਘਣ ਲੱਗਾ, ਸੁਗੰਧੀ ਬੜੀ ਸੀ, ਕੀੜੀ ਨੇ ਡੰਗ ਮਾਰਿਆ ਤੇ ਰਾਜੇ ਦੀ ਮੌਤ ਹੋ ਗਈ। ਪਰ ਮਕਾਨ ਵੀ ਬੜਾ ਉੱਚਾ ਬਣਾਇਆ ਉਹਨੇ, 4 ਚੁਫੇਰੇ ਪ੍ਰਬੰਧ ਵੀ ਕੀਤਾ। ਸਾਡੇ ਪੁਰਾਤਨ ਜਿਹੜੇ ਵਿਆਖਿਆਕਾਰ ਸਨ ਉਹ ਇਸ ਗੱਲ ਨੂੰ ਕਹਿੰਦੇ ਸਨ, ਜੇ ਮਿਰਗੀ ਵਾਲੀ ਹਰਨੀ ਵਾਲੀ ਘਟਨਾ ਹੈ ਤੇ ਫਿਰ ਇਸ ਘਟਨਾ ਵਿੱਚ ਉਹ ਪ੍ਰੀਖਿਤ ਦਾ ਜ਼ਿਕਰ ਕਰਦੇ ਸਨ ਕਿ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਬਿਖਮ ਥਾਨ ਬਸੰਤ ਉੱਚੈ ਨੈ ਸਿਮਰਨ ਮਰਣ ਕਦਾਂਚਾਹ ਹੋਵੰਤ ਆ ਗਿਆ ਭਗਵਾਨ ਪੁਰਖ ਨਾਨਕ ਕੀਤੀ ਸਾਥ ਅਕਰਖਤੇ। ਕੀੜੀ ਵੀ ਉਹਦਾ ਸਾਹ ਕੱਢ ਗਈ। ਗੱਲ ਸਿਰਫ ਇੰਨੀ ਕੁ ਹੋਵੇ ਕਿ ਜਿੱਦਣ ਪਰਮਾਤਮਾ ਨੇ ਕਿਸੇ ਦੇ ਸਾਹ ਕੱਢਣੇ ਨੇ ਨਾ, ਜਿੰਨਾ ਮਰਜ਼ੀ ਬੰਦਾ ਲਾਈ ਜਾਏ ਜ਼ੋਰ, ਬਾਬਾ ਸਾਹਿਬ ਨੇ ਕਿਹਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਦ, ਤੇ ਦਰਵਾਜ਼ੇ ਦਾ ਅਰਥ ਆਹ ਤੇ ਖੁੱਲ੍ਹੇ ਪਏ ਨੇ, ਇਹਦਾ ਤੇ ਦਰਵਾਜ਼ਾ ਗਈ ਕੋਈ ਨਹੀਂ, ਨਵਨ ਤਾਂ ਦਵਾਰੰਗ ਭੀਤਰ ਹੈ ਤੰਗ ਜੀ ਪੜ ਕੇ ਆਏ, ਇਹ ਤਾਂ ਖੁੱਲ੍ਹੇ ਨੇ। ਉਸ ਦਿਨ ਬੇਨਤੀ ਕੀਤੀ ਦਰਵਾਜ਼ੇ ਦਾ ਅਰਥ ਓਟ ਕਰੀਏ, ਜਿੰਨੇ ਮਰਜ਼ੀ ਓਟ ਬੰਦਾ ਲੈ ਲੈ, ਧਨ ਦਾ ਦਰਵਾਜ਼ਾ, ਪਦਵੀ ਦਾ ਦਰਵਾਜ਼ਾ, ਇੱਜ਼ਤ ਦਾ ਦਰਵਾਜ਼ਾ, ਗਿਆਨ ਦਾ ਦਰਵਾਜ਼ਾ, ਪਰਿਵਾਰ ਦਾ ਦਰਵਾਜ਼ਾ, ਜਿੰਨੇ ਮਰਜ਼ੀ
ਤੂੰ ਦਰਵਾਜ਼ੇ ਖੜੇ ਕਰੀ ਜਾਣਾ, ਜਿੱਦਣ ਮੌਤ ਨੇ ਆਉਣਾ ਇੱਕ ਇੱਕ ਦਰਵਾਜ਼ਾ ਭੰਨ ਕੇ ਤੈਨੂੰ ਲੈ ਜਾਣਾ। ਇਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਭਾਈ ਜਦੋਂ ਉਹਦੀ ਆਗਿਆ ਆਉਂਦੀ ਉਦੋਂ ਦੇਵਤੇ ਨੂੰ ਵੀ ਜਾਣਾ ਪੈਣਾ, ਉਦੋਂ ਦੈਂਤ ਨੂੰ ਵੀ ਜਾਣਾ ਪੈਣਾ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ ਛੱਤਰ ਕੀ ਛਾਇਆ ਕਈ ਕੋਸਲੋ ਚਲਤ ਹੈ, ਹੋਵੰਤ ਆ ਗਿਆ ਭਗਵਾਨ ਪੁਰਖ ਹੈ। ਜੋਗੀ ਜਤੀ ਸੌਖੇ ਸ਼ਬਦ ਨੇ ਜੀ, ਅਰਥ ਨੇ ਇਹਨਾਂ ਦੀ ਲੋੜ ਨੇ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ ਛੱਤਰੀ ਕੀ ਛਾਇਆ ਕਈ ਕੋਸਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ। ਮਾਨ ਸੇ ਮਹੀਪ ਬਹੁ ਯਤਨ ਕਰਤਾ, ਮਾਨ ਸੇ ਮਹੀਪ ਔਰ ਦਲੀਪ ਕੇਸੇ ਛੱਤਰਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਜਿੱਦਣ ਆਗਿਆ ਆ ਗਈ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਕਿੱਡੀ ਵੱਡੀ ਤਾਕਤ ਸੀ, ਬੰਦਾ ਆਪਣਾ ਦੇਸ਼ ਜੁੱਤ ਕੇ ਦੂਜੇ ਨੂੰ ਤੁਰ ਪਿਆ। ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਕਿੰਸਤ ਹੈ, ਹੈ ਰਾਜ ਖਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਗੀ। ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਹਾਂ ਅੰਤ ਕੇ, ਅੰਤ ਕੋ ਅੰਤ ਵੇਲੇ, ਅੰਤ ਕੇ ਦਾ ਅਰਥ ਹੈ ਜਮਦੂਤ, ਅੰਤ ਸਮੇਂ ਜਿੱਥੇ ਜਾਣਾ ਸਭ ਧਰਮ ਰਾਏ ਕੇ ਜਾਈ ਵਾਲੀ ਜਿਹੜੀ ਗੱਲ ਹੈ। ਅੰਤ ਕੋ ਅੰਤ ਕੇ ਅੰਤਲੇ ਸਮੇਂ ਉਹ ਰਾਜਿਆ, ਤੂੰ ਤੇਰਾ ਟਿਕਾਣਾ ਜਮਦੂਤਾਂ ਦੇ ਘਰ ਵਿੱਚ ਹੈ। ਅੰਤ ਕੋ ਅੰਤ ਕੇ, ਅੰਤ ਕੇ ਧਾਮ ਦਾ ਅਰਥ ਹੈ ਹਰੀ ਧਾਮ ਨਹੀਂ, ਅੰਤ ਕੇ ਧਾਮ ਦਾ ਮਤਲਬ ਹੈ ਜਮਦੂਤ ਧਰਮਰਾਜ। ਇਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਅੱਜ ਜਿਹੜੀ ਕਿਰਪਾ ਕੀਤੀ। ਹੁਣ ਅਸੀਂ ਸਾਰੇ ਪੁੱਛਣੇ ਜੀ ਕਿਹੜੇ ਕੰਮ ਕਰੀਏ। ਮੈਂ ਕਹਿੰਦਾ ਸਤਿਗੁਰੂ ਤੋਂ ਕੁਰਬਾਨ ਜਾਓ ਗੁਰਮੁਖੋ। ਜੇ ਤੁਸੀਂ ਕਹੋ ਨਾ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮੈਂ ਡਿਟੇਲ ਨਾਲ ਪੁੱਛਣਾ ਚਾਹੁੰਦਾ, ਵਿਸਤਾਰ ਨਾਲ ਮੈਨੂੰ ਘੱਟੋ ਘੱਟ ਹਜ਼ਾਰ ਤੁੱਕ ਵਿੱਚ ਸਮਝਾਓ ਮੈਂ ਕੀ ਸਮਝਣਾ। ਮਹਾਰਾਜ ਡਿਟੇਲ ਹਜ਼ਾਰ ਤੁੱਕਾਂ ਵਿੱਚ ਕਰ ਦੇਣਗੇ, ਤੇ ਜੇ ਕਹੋ ਜੀ ਮੈਂ ਸਿਰਫ ਦੋ ਇੱਕ ਤੁੱਕ ਸਮਝਣਾ, ਮਹਾਰਾਜ ਉਹਦੇ ਵਿੱਚ ਵੀ ਕਰ ਦੇਣਗੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਹੁਣ 80 ਤੁੱਕਾਂ ਨੇ ਨਾ ਇੱਕ ਅਸ਼ਟਪਦੀ ਦੀਆਂ, ਜਿਹੜੀ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਅੱਠ ਅਸ਼ਟਪਦੀਆਂ, ਇਹ ਅੱਠ ਅੱਠ ਪਦੇ ਨੇ, ਇੱਕ ਇੱਕ ਪਦੇ ਵੀ 10-10 ਤੁੱਕਾਂ, ਸੁਖਮਨੀ ਸੁਖ ਅੰਮ੍ਰਿਤ ਪਰਮ ਨਾਮ ਨੂੰ ਛੱਡ ਕੇ। ਹੁਣ ਜੇ ਕੋਈ ਪੁੱਛੇ ਜੀ ਇਹ ਬ੍ਰਹਮ ਗਿਆਨੀ, ਤੇ ਆਪਾਂ ਅਖਰੀ ਅਰਥ ਕਰਾਂਗੇ ਜੀ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ। ਗੁਰੂ ਸਾਹਿਬ ਸਿੱਧੇ ਜਰਥ ਕਰਨਗੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਇੱਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਇਹ ਲੱਛਣ। ਹੁਣ ਜੇ ਪੁੱਛੇ ਜੀ ਫਿਰ ਸਾਨੂੰ ਡਿਟੇਲ ਦਿਓ, ਤੇ ਮਹਾਰਾਜ ਕਹਿਣਗੇ ਅਗਲੀਆਂ 80 ਤੁਕਾਂ ਪੜ੍ਹ ਲੈ, ਸਲੋਕ ਦੀ ਵਿਆਖਿਆ ਹੈ। ਫਿਰ ਬੇਨਤੀ ਸੁਣੀ, ਹੁਣ ਮੈਂ ਕਿਵੇਂ ਸੋਚਣਾ ਆ ਜਿਹੜੇ ਅੱਜ ਮਹਾਰਾਜ ਨੇ ਵਚਨ ਕੀਤੇ ਕਮਾਲ ਕਰ ਦਿੱਤੀ ਜੀ। ਹਜ਼ੂਰ ਨੇ ਫਰਮਾਇਆ ਕਿ ਭਾਈ ਆ ਤਿੰਨ ਚਾਰ ਗੱਲਾਂ ਚੇਤੇ ਰੱਖ। ਪਹਿਲੀ ਸ਼ਬਦੰ ਰਤੰ, ਸ਼ਬਦੰ ਦਾ ਅਰਥ ਕਰਾਂਗੇ ਨਾਮ ਸ਼ਬਦ, ਰਤਨ ਪ੍ਰੀਤ ਪਿਆਰ ਰਤੇ ਹੋਣਾ, ਸ਼ਬਦ ਨਾਲ ਪ੍ਰੀਤ ਕਰਨੀ, ਨਾਮ ਨਾਲ ਪ੍ਰੀਤ ਕਰਨਾ ਕਰਨੀ। ਹਿਤੰ ਮਾਇਆ, ਇੱਥੇ ਸ਼ਬਦ ਮਾਇਆ ਨਹੀਂ ਆਇਆ, ਮਾਇਆ ਹਿਤੰ ਇਹਦਾ ਅਰਥ ਹੋ ਗਿਆ ਪ੍ਰੇਮ, ਹਿਤ ਜਿਹਨੂੰ ਕਹਿੰਦੇ ਪ੍ਰੇਮ, ਕਿਹਦੇ ਨਾਲ ਮਾਇਆ। ਮਾਇਆ ਦਾ ਲਫ਼ਜ਼ੀ ਅਰਥ ਵੈਸੇ ਕਿਰਪਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਚ ਦੋ ਬਚਨ ਹੁੰਦੇ ਨੇ, ਇੱਕ ਮਾਇਆ ਤੇ ਇੱਕ ਮਾਇਆ। ਮਾਇਆ ਕਿਸ ਨੂੰ ਆਖੀਐ, ਮਹਾਰਾਜ ਨੇ ਕਹਿੰਦੇ ਮਾਇਆ ਕਿਸ ਨੂੰ ਕਹਿੰਦੇ ਆ, ਜੇ ਅਸੀਂ ਪੜ੍ਹਦੇ ਹਾਂ ਇਹ ਮਾਇਆ ਜਿੱਤ ਹਰ ਵਿਸਰੈ, ਇੱਕ ਬਚਨ ਹੁੰਦਾ ਨਾਨਕ ਹਰਜੀ ਮਾਇਆ ਕਰ, ਉੱਥੇ ਮਾਇਆ ਕਰ ਮਾਇਆ ਸਿੱਧੇ ਗੁਰਮੁਖੋ ਅਰਥ। ਜੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਮੰਮੇ ਨੂੰ ਕੰਨਾਂ ਲਾ ਕੇ ਆਇਆ ਇਹ ਮਾਇਆ ਆਇਆ ਕਹਿ, ਉਹਦਾ ਅਰਥ ਕਹਿ, ਆ ਪਦਾਰਥ ਕਹਿ ਲਓ, ਵਾਸ਼ਨਾ ਕਹਿ ਲਓ, ਫੁਰਨਾ ਕਹਿ ਲਓ, ਕੁਛ ਵੀ, ਮੈਂ ਫਿਰ ਬੇਨਤੀ ਕਰਾਂ ਜੇ ਮਾਇਆ ਸੰਬੰਧੀ ਭਾਰਤੀ ਦਰਸ਼ਨ ਨੂੰ ਪੜ੍ਹੋ। ਸੱਚੀ ਜੀ ਆ ਜਗਤ ਗੁਰੂ ਜਿਹੜਾ ਸ਼ੰਕਰਾਚਾਰੀਆ ਹੋਇਆ ਹੈ, ਆਚਾਰ ਮੱਠ ਉਹਨੇ ਬਣਾਏ ਸਨ, ਬੋਧਿਜ਼ਮ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹੁਣ, ਉਹਨੂੰ ਪੁੱਛੋ ਮਾਇਆ ਦਾ ਕੰਸੈਪਟ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਤੇ ਮੈਂ ਇੱਕ ਵਾਰ ਇੱਥੇ ਅਰਥ ਕਰਦਿਆਂ ਕਿਹਾ ਸੀ ਜੀ, ਹਰ ਉਹ ਫੁਰਨਾ ਮਾਇਆ ਬਣ ਜਾਂਦਾ ਜਿੱਥੇ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਏ। ਸਿੱਧੀ ਗੱਲ, ਇਹ ਮਾਇਆ ਜਿੱਧਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਜਿੱਥੇ ਸਮਝੋ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜਿੱਥੇ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਬਸ ਉਹ ਮਾਇਆ ਹੀ ਜੀ। ਕਈ ਵਾਰੀ ਸੱਚੀ ਗੱਲ ਕਿ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਹੀ ਸ਼ਬਦ ਵਿੱਚੋਂ ਵਿਸਰ ਜਾਂਦਾ, ਕਿਉਂਕਿ ਮਨ ਇੰਨਾ ਤੇਜ਼ ਉਹ ਸ਼ਬਦ ਵਿੱਚ ਵੀ ਆਪਣੀ ਖੁਰਾਕ ਲੈ ਜਾਂਦਾ। ਵਾਹ ਵਾਹ ਕਮਾਲ ਹੋ ਗਈ ਅੱਜ, ਅੱਜ ਇੰਨੇ ਲੋਕ ਸੁਣ ਰਿਹਾ, ਇੰਨੇ ਸੁਰ ਮੇਰਾ।
ਹੁਣ ਇੱਥੇ ਸਤਿਗੁਰੂ ਜੀ ਪਹਿਲਾ ਵਚਨ ਕਰਦੇ ਨੇ ਕਿ ਸ਼ਬਦ ਵਿੱਚ ਪ੍ਰੀਤ ਕਰਨੀ, ਸ਼ਬਦੰਗ ਰਤਨ ਸ਼ਬਦ ਦੇ ਵਿੱਚ ਮੁਹੱਬਤ ਕਰਨੀ, ਹਿਤੰ ਮਾਇਆ ਮਾਇਆ ਦਾ ਅਰਥ ਹੈ ਪਾਪਾ ਇੱਥੇ ਕਿਰਪਾ ਨਹੀਂ ਕਰ ਰਹੇ, ਇੱਥੇ ਮਾਇਆ ਦਾ ਅਰਥ ਦਇਆ ਕਰ ਰਹੇ ਹਾਂ, ਤਰਸ ਕਰ ਰਹੇ, ਤਰਸ ਨਾਲ ਪਿਆਰ ਕਰਨਾ, ਕਿਸੇ 'ਤੇ ਦਇਆ ਕਰਦੇ ਨਹੀਂ। ਅਜੇ ਵਿਆਖਿਆ ਆਪਾਂ ਕਰਾਂਗੇ। ਮਹਾਰਾਜ ਕਹਿੰਦੇ ਸ਼ਬਦੰਗ ਰਤਨ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ, ਕੀਰਤਨ ਕੀਰਤੀ ਕਰਨੀ, ਸਿਫਤ ਕਰਨੀ। ਕਲੀ ਦਾ ਅਰਥ ਹੈ ਕਲਯੁਗ, ਕਰਮ ਦਾ ਅਰਥ ਹੈ ਕੰਮ, ਕ੍ਰਿਤਵਾ ਦਾ ਅਰਥ ਹੈ ਕਰਨਾ, ਕਿਰਤ ਹੋਵੇਗੀ। ਹਜ਼ੂਰ ਕਹਿੰਦੇ ਨੇ ਬਸ ਆ ਤਿੰਨ ਕੰਮ ਚੇਤੇ ਰੱਖੀ, ਐਸ ਘੋਰ ਕਲਯੁਗ ਵਿੱਚ ਤੇਰੇ ਤਿੰਨ ਗੱਲਾਂ ਨੇ ਤੇਰਾ ਪਾਲ ਉਤਾਰਾ ਕਰ ਦੇਣਾ। ਨਾਮ ਨੂੰ ਪ੍ਰੀਤ ਕਰੀ, ਕਠੋਰ ਪੱਥਰ ਨਾ ਬਣੀ, ਮਨ ਵਿੱਚ ਦਇਆ ਨੂੰ ਮੁਹੱਬਤ ਕਰੀ, ਤੇ ਤੀਸਰੀ ਗੱਲ ਇਸ ਕਲਯੁਗ ਵਿੱਚ ਰੱਬ ਦੀ ਕੀਰਤੀ ਤੋਂ ਵੱਡਾ ਕਰਮ ਕੋਈ ਨਹੀਂ। ਫਿਰ ਬੇਨਤੀ, ਸ਼ਬਦੰ ਰਤਨ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ, ਸ਼ਬਦ ਨੂੰ ਪ੍ਰੀਤ ਕਰ। ਮਹਾਰਾਜ ਕਹਿੰਦੇ ਦਇਆ ਨੂੰ ਮੁਹੱਬਤ ਕਰ, ਪ੍ਰੇਮ ਕਰ, ਸ਼ਬਦ ਵਿੱਚ ਰੰਗਿਆ ਜਾ, ਤੇ ਨਾ ਸ਼ਬਦ ਕੀਤਾ। ਕਲਯੁਗ ਵਿੱਚ ਸੱਚ ਇਹ ਵੇ ਪਰਮਾਤਮਾ ਦੀ ਕੀਰਤੀ ਸਭ ਤੋਂ ਵੱਡਾ ਕਰਮ ਹੈ। ਹੁਣ ਇਸ ਤੋਂ ਬਾਅਦ ਅਗਲਾ ਬਚਨ, ਮਿਟੰਤ ਤਤਰਾਗਤ ਤਤ ਆਗਤ, ਜਿੱਥੇ ਇਹ ਆ ਜਾਏ ਕੀ ਵਾਹਿਗੁਰੂ ਜੀ ਦਾ ਸ਼ਬਦ, ਸੁਣੋ ਬੇਨਤੀ, ਤਤਰਾਗਤ ਜਿੱਥੇ ਉਹ ਆ ਜਾਏ ਕੀ ਆ ਜਾਏ, ਇੱਕ ਪਰਮਾਤਮਾ ਦੇ ਨਾਮ, ਦੂਸਰਾ ਕੀਰਤਨ, ਤੇ ਤੀਸਰਾ ਤਰਸ ਵਾਲਾ ਕਿਰਦਾ ਆ ਜਾਏ। ਮਹਾਰਾਜ ਕਹਿੰਦੇ ਨੇ ਮਿਟ ਜਾਂਦੇ ਨੇ ਉੱਥੇ, ਅਰਥ ਯੂੰ ਕਰਾਂਗੇ, ਮਿਟਤ ਮਿਟੰਤ ਤਤਰਾਗਤ ਪਰਮ ਮੋਹਨ। ਹਜ਼ੂਰ ਕਹਿ ਰਹੇ ਨੇ ਮਿਟ ਜਾਂਦੇ ਨੇ ਉੱਥੇ, ਜਿੱਥੇ ਇਹ ਤਿੰਨ ਆ ਜਾਣ ਉੱਥੇ ਭਰਮ ਵੀ ਖਤਮ ਹੋ ਜਾਂਦਾ ਤੇ ਮੋਹ ਵੀ ਖਤਮ ਹੋ ਜਾਂਦਾ, ਜਿੱਥੇ ਇਹ ਤਿੰਨ ਚੀਜ਼ਾਂ ਆ ਜਾਂਦੀਆਂ ਨੇ। ਫਿਰ ਮੈਂ ਬੇਨਤੀ ਕਰਾਂ, ਨਾਮ ਚ ਪ੍ਰੀਤ, ਦਇਆ ਵਾਲਾ ਕਿਰਦਾ ਰੱਖਣਾ। ਤੀਸਰੀ ਮੈਂ ਬੇਨਤੀ ਕੀਤੀ ਜੀ ਕੀਰਤਨ। ਅੱਗੇ ਮਹਾਰਾਜ ਕਹਿੰਦੇ ਨੇ ਭਗਵਾਨ ਰਮਣ ਸਰਬੱਤਰ ਥਾਨਿਅਮ, ਜਿਹੜਾ ਇਹ ਤਿੰਨ ਕੰਮ ਕਰਦਾ। ਫਿਰ ਅਰ ਸੁਣਿਓ, ਇਹ ਅਸਲ 'ਚ ਆਹ ਸੰਤ ਜਿਹੜਾ ਅੱਜ ਮਹਾਰਾਜ ਸ਼ਬਦ ਵਰਤ ਰਿਹਾ। ਹਜ਼ੂਰ ਕਹਿੰਦੇ ਜਿਹੜਾ ਤਿੰਨ ਕੰਮ ਕਰਦਾ ਉਹਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ, ਕੋਈ ਥਾਂ ਐਸੀ ਨਹੀਂ। ਭਗਵਾਨ ਦਾ ਅਰਥ ਹੋ ਗਿਆ ਵਾਹਿਗੁਰੂ, ਰਮਣ ਦਾ ਅਰਥ ਹੋ ਗਿਆ ਵਿਆਪਣ, ਵਿਆਪਿਆ ਜਾਂ ਰਵਿਆ ਹੋਇਆ। ਸਰਬੱਤਰ ਥਾਨਿਅਮ, ਸਾਰੀਆਂ ਥਾਵਾਂ 'ਤੇ ਉਹ ਵਾਹਿਗੁਰੂ ਵਿਆਪਕ ਹੈ। ਦ੍ਰਿਸ਼ਟ ਤੋਇੰ, ਦ੍ਰਿਸ਼ਟ ਦਾ ਅਰਥ ਹੈ ਦ੍ਰਿਸ਼ਟੀ, ਕਿਰਪਾ ਦੀ ਭਰੀ ਨਜ਼ਰ। ਤੋਇੰ ਦਾ ਅਰਥ ਆਪਾਂ ਕੀਤਾ ਸੀ ਉਦੋਂ, ਦੋ ਅਰਥ ਕੀਤੇ ਸਨ, ਜਿੱਥੇ ਔਂਕੜ ਲੱਗ ਕੇ ਯਯੇ ਨੂੰ ਟਿੱਪੀ ਲੱਗੀ ਹੈ, ਤੋਇੰ ਐਰਾ ਟਿੱਪੀ ਬੋਲਦੇ ਹਾਂ ਆਪਾਂ, ਉੱਥੇ ਲਫ਼ਜ਼ੀ ਅਰਥ ਨੇ ਤੂੰ, ਅਤੇ ਜਿੱਥੇ ਆਵੇਗਾ ਤੋਇੰ ਉਹਦਾ ਲਫ਼ਜ਼ੀ ਅਰਥ ਹੈ ਜੀ ਪਾਣੀ। ਇੱਥੇ ਮਹਾਰਾਜ ਕਹਿੰਦੇ ਤੇਰੀ ਦ੍ਰਿਸ਼ਟੀ, ਤੇਰੀ ਦ੍ਰਿਸ਼ਟੀ ਅਰਥ ਹੈ ਵਾਹਿਗੁਰੂ ਜੀ ਦੀ ਦ੍ਰਿਸ਼ਟੀ, ਪਰਮਾਤਮਾ ਦੀ ਦ੍ਰਿਸ਼ਟੀ। ਅਮੋਘ ਦਰਸ਼ਨੰ, ਅਮੋਘ ਦਾ ਲਫ਼ਜ਼ੀ ਅਰਥ ਹੈ ਵੀ ਜਿਹੜਾ ਨੇਫਲ ਨਹੀਂ ਜਾਂਦਾ, ਬਿਲਕੁਲ ਸਫਲ ਹੈ, ਇਹ ਨਿਸ਼ਾਨੇ 'ਤੇ ਲੱਗੇਗਾ, ਉਹਦੇ 'ਚ ਨੇਫਲ ਹੋਣ ਦੀ ਗੁੰਜਾਇਸ਼ ਹੀ ਕੋਈ ਨਹੀਂ। ਸਫਲ ਦਰਸ਼ਨ ਨੇ, ਮੈਂ ਸਿਰਫ ਅੱਗੇ ਪਹਿਲਾਂ ਆਖਰੀ ਅਰਥ ਕਰ ਰਿਹਾ ਜੀ। ਅਮੋਘ ਦਰਸ਼ਨੰ ਬਸੰਤ ਸਾਧ ਰਸਨਾ, ਵਾਹਿਗੁਰੂ ਬਸੰਤ ਦਾ ਅਰਥ ਵਸਣਾ, ਸਾਧ ਦਾ ਅਰਥ ਸਾਧੂ ਗੁਰਮੁਖ, ਰਸਨਾ ਦਾ ਅਰਥ ਜਵਾਨ। ਪਰਮਾਤਮਾ ਜੀ ਜਿਹੜਾ ਗੁਰਮੁਖ ਪਿਆਰਾ ਨਾਮ ਨੂੰ ਪ੍ਰੀਤ ਕਰਦਾ ਹੈ, ਜਿਹੜਾ ਇਨਸਾਨ ਇਸ ਤਰਸ ਦੀ ਵਿੱਚ ਜਿੰਦਾ ਹੈ, ਤਰਸ ਨੂੰ ਪਿਆਰ ਕਰਦਾ ਹੈ, ਕਲਯੁਗ ਵਿੱਚ ਉਹ ਕੀਰਤੀ ਕਰਦਾ ਹੈ, ਮੇਰੇ ਪਰਮਾਤਮਾ ਜੀ ਉਹਦੇ ਅੰਦਰੋਂ ਭਰਮ ਤੇ ਮੋਹ ਖਤਮ ਹੋ ਜਾਂਦੇ ਨੇ, ਤੇ ਨਾਲ ਬਚਨ ਕਿਹਾ ਉਹ ਸਾਰੀਆਂ ਥਾਵਾਂ ਤੇ ਰਮੇ ਹੋਏ ਨੂੰ ਜਾਣਦਾ ਹੈ। ਤੇ ਮਹਾਰਾਜ ਕਹਿੰਦੇ ਤੁਹਾਡੀ ਦ੍ਰਿਸ਼ਟੀ ਹੋ ਜਾਏ, ਦ੍ਰਿਸ਼ ਤੋਂ ਤੁਹਾਡੀ ਮਿਹਰ ਹੋ ਜਾਏ, ਤੇ ਫਿਰ ਕੀ ਜੀ, ਉਸ ਸੰਤ ਦੇ ਦਰਸ਼ਨ ਕੀਤਿਆਂ ਕਦੀ ਨਿਫਲ ਨਹੀਂ ਜਾਂਦੇ, ਜਿਹਦੀ ਰਸਨਾ ਉੱਤੇ ਵਾਹਿਗੁਰੂ ਜੀ ਤੇਰਾ ਨਿਵਾਸ ਹੋ ਜਾਏ। ਫਿਰ ਅਰਜ਼ ਹੈ ਜੀ, ਇਸ ਨੂੰ ਆਪਾਂ ਥੋੜ੍ਹੀ ਜਿਹੀ ਵਿਆਖਿਆ ਕਰਨੀ ਇਹਦੀ, ਤੇ ਮੈਂ ਇਹ ਵੀ ਪੱਕ ਰੱਖਣਾ ਕਿ ਦੂਜਾ ਪੱਕ ਵੀ ਹੈ, ਕਿਉਂਕਿ ਗੁਰਬਾਣੀ ਉਲਾਰੂ ਹੋ ਕੇ ਕੋਈ ਅਰਥ ਨਹੀਂ ਕਰਦੀ ਜੀ। ਸੱਚ ਹੈ ਸੱਚ ਕੀ ਬਾਣੀ, ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ। ਆਹ ਜਿਹੜਾ ਸੱਚ ਦਾ ਹੈ ਨਾ ਸਾਡਾ ਵੇਲਾ ਜੀ, ਇਹ ਸੱਚ ਨਹੀਂ ਹੁੰਦਾ ਆਪਣਿਆਂ ਨੂੰ ਬਚਾ ਲੈਣਾ, ਦੂਜਿਆਂ ਨੂੰ ਭੰਡਣ ਤੁਰ ਪੈਣਾ, ਇਹ ਸਾਡਾ ਸੱਚ ਆਹੀ ਹੈ ਨਾ। ਆਪਣਾ ਗਲਤੀ ਕਰੇ ਕੋਈ ਨਹੀਂ, ਗੁਰੂ ਬਖਸ਼ ਦਿੰਦਾ, ਜੇ ਉਸ ਦਿਨ ਕਿਹਾ ਦੂਜਾ ਕਰੇ ਇਹਨੂੰ ਫਾਹੇ ਟੰਗ ਦਿਓ, ਮੇਰੀ ਬੇਨਤੀ ਹੈ ਸਾਨੀ ਸੱਚ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਆ ਕਿ ਭਾਈ ਸਿੱਖੋ, ਜਿਹਦੀ ਰਸਨਾ ਦੇ ਉੱਤੇ ਖਰੀ ਦਾ ਨਿਵਾਸ ਹੈ, ਜਿਹੜਾ ਇਹ ਮੁਹੱਬਤ ਕਰਦਾ, ਕਿਸ ਤਰ੍ਹਾਂ ਦੀ ਹਰ ਹਰ ਹਰੀ ਹਰੀ, ਵਾਹਿਗੁਰੂ ਵਾਹਿਗੁਰੂ ਬੋਲਦਾ, ਹਰ ਹਰੇ
ਪਰਮੇਸ਼ਵਰ ਨੂੰ ਬੋਲਦਾ, ਖਰੇ ਖਰੇ ਬੋਲਦਾ ਹੈ। ਅਗਲਾ ਬਚਨ, ਨਾਨਕ ਗੁਰੂ ਅਰਜਨ ਸਾਹਿਬ ਕਹਿ ਰਿਹਾ, ਪ੍ਰਿੰਗ ਜਾਪ ਜਪਣਾ ਜਿਹੜਾ ਗੁਰਮੁਖ ਪਿਆਰ